ਇਸ ਤੋਂ ਇਲਾਵਾ ਇੱਕ ਹੋਰ ਪ੍ਰਮੁੱਖ ਡਰ ਹੈ ਬੁਢਾਪੇ ਦਾ। ਕਿਤੇ ਐਸਾ ਨਾ ਹੋ ਜਾਏ ਕਿ ਬੁਢਾਪੇ ਦੌਰਾਨ ਸਾਨੂੰ ਬਹੁਤ ਕਸ਼ਟ ਸਹਿਣੇ ਪੈਣ। ਸਭ ਤੋਂ ਵੱਡਾ ਡਰ ਜੋ ਮਨੁੱਖ ਨੂੰ ਸਤਾਉਂਦਾ ਹੈ ਉਹ ਹੈ ਮੌਤ ਦਾ ਡਰ। ਸਾਡੇ ਕਿਸੇ ਪਿਆਰੇ ਦੀ, ਪਰਿਵਾਰ ਦੇ ਕਿਸੇ ਜੀਅ ਦੀ, ਕਿਸੇ ਨਿਕਟਵਰਤੀ ਸੰਬੰਧੀ ਦੀ ਮੌਤ ਨਾ ਹੋ ਜਾਏ। ਇਸ ਤੋਂ ਵੱਡਾ ਡਰ ਕਿ ਕਿਤੇ ਸਾਡੀ ਆਪਣੀ ਹੀ ਮੌਤ ਨਾ ਹੋ ਜਾਏ। ਮਨੁੱਖ ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਡਰਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਮਨੁੱਖੀ ਮਨ ਵਿੱਚ ਡਰ ਪੈਦਾ ਹੁੰਦੇ ਹਨ ਤਾਂ ਮਨੁੱਖ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਏ ਜਿਨ੍ਹਾਂ ਕਰਕੇ ਇਹ ਡਰ ਪੈਦਾ ਹੁੰਦਾ। ਸਰੀਰ ਨੂੰ ਕੋਈ ਰੋਗ ਨਾ ਲੱਗੇ ਇਸ ਵਾਸਤੇ ਮਨੁੱਖ ਯਤਨ ਕਰਦੇ ਹੋਏ ਉਹ ਸਭ ਕੁਝ ਕਰਨ ਲਈ ਤਿਆਰ ਰਹਿੰਦਾ ਹੈ ਜੋ ਉਸਨੂੰ ਵੈਦ ਜਾਂ ਡਾਕਟਰ ਆਖਦੇ ਹਨ। ਉਹ ਕਸਰਤ ਕਰਦਾ ਹੈ, ਉਹ ਟੋਨਿਕ ਲੈਂਦਾ ਹੈ, ਪੌਸ਼ਟਿਕ ਭੋਜਨ ਕਰਦਾ ਹੈ, ਸਹੀ ਸਮੇਂ 'ਤੇ ਪੂਰੀ ਪੂਰੀ ਨੀਂਦ ਲੈਂਦਾ ਹੈ। ਜੇ ਕਿਤੇ ਸਰੀਰ ਰੋਗੀ ਹੋ ਹੀ ਜਾਏ ਤਾਂ ਉਹ ਹਰ ਸੰਭਵ ਕੋਸ਼ਿਸ਼ ਕਰਦਾ ਕਿ ਇਸ ਰੋਗ ਨੂੰ ਖਤਮ ਕੀਤਾ ਜਾਏ। ਡਾਕਟਰ ਦੀ ਦੱਸੀ ਹੋਈ ਹਰ ਦਵਾਈ ਉਹ ਵਰਤਦਾ ਹੈ, ਜੇ ਲੋੜ ਹੋਏ ਤਾਂ ਉਹ ਸਰਜਰੀ ਵੀ ਕਰਵਾ ਲੈਂਦਾ, ਓਪਰੇਸ਼ਨ ਵੀ ਕਰਵਾ ਲੈਂਦਾ। ਸਰੀਰ ਨੂੰ ਰੋਗ ਲੱਗਣ ਦਾ ਭੈ ਮਨੁੱਖ ਨੂੰ ਇੰਨਾ ਸਤਾਉਂਦਾ ਹੈ ਕਿ ਜਦੋਂ ਉਹ ਅਜੇ ਤੰਦਰੁਸਤ ਹੀ ਹੁੰਦਾ ਤਾਂ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕਰ ਲੈਂਦਾ ਕਿ ਜੇ ਸਰੀਰ ਨੂੰ ਰੋਗ ਲੱਗ ਹੀ ਜਾਏ ਤਾਂ ਉਹ ਉਸਦਾ ਮੁਕਾਬਲਾ ਕਰ ਸਕੇ। ਉਹ ਪਹਿਲਾਂ ਤੋਂ ਹੀ ਮੈਡੀਕਲ ਬੀਮਾ ਕਰਾ ਲੈਂਦਾ। ਕੋਸ਼ਿਸ਼ ਉਸਦੀ ਇਹੀ ਹੈ ਕਿ ਉਹ ਰੋਗੀ ਨਾ ਹੋਵੇ, ਪਰ ਜੇ ਰੋਗੀ ਹੋ ਹੀ ਜਾਏ ਤਾਂ ਮੈਡੀਕਲ ਬੀਮਾ ਕਰਾਉਣ ਦਾ ਫਾਇਦਾ ਇਹ ਹੋਏਗਾ ਕਿ ਜੋ ਵੀ ਖਰਚਾ ਆਏਗਾ ਉਹ ਮੈਡੀਕਲ ਬੀਮਾ ਕੰਪਨੀ ਦਾ ਹੈ। ਮਨੁੱਖ ਨੂੰ ਇਹ ਡਰ ਹੈ ਕਿ ਰੋਗੀ ਹੋਣ ਦੀ ਸਥਿਤੀ ਵਿੱਚ ਕਿਤੇ ਐਸਾ ਨਾ ਹੋਵੇ ਕਿ ਉਸ ਕੋਲ ਇਲਾਜ ਜੋਗਾ ਪੈਸਾ ਨਾ ਹੋਵੇ। ਮੈਡੀਕਲ ਬੀਮਾ ਕਰਾ ਕੇ ਉਹ ਇਸ ਡਰ 'ਤੇ ਕਾਫੀ ਹੱਦ ਤੱਕ ਕਾਬੂ ਪਾ ਲੈਂਦਾ। ਮਨੁੱਖ ਨੂੰ ਡਰ ਹੈ ਕਿ ਉਸਦੇ ਸਮਾਨ ਦੀ ਚੋਰੀ ਨਾ ਹੋ ਜਾਏ। ਚੋਰੀ ਦੇ ਖਿਲਾਫ ਬੀਮਾ ਕਰਾ ਕੇ ਉਹ ਕੁਝ ਹੱਦ ਤੱਕ ਇਸ ਡਰ 'ਤੇ ਕਾਬੂ ਪਾ ਲੈਂਦਾ। ਅੱਗ, ਭੂਚਾਲ ਜਾਂ ਹੜ੍ਹ ਤੋਂ ਹੋਣ ਵਾਲੇ ਨੁਕਸਾਨ ਦੇ ਡਰ ਤੋਂ ਬਚਣ ਲਈ ਬੀਮਾ ਕਰਾ ਲਿਆ ਜਾਂਦਾ। ਬੀਮਾ ਕਰਾ ਕੇ ਚੋਰੀ, ਭੂਚਾਲ ਜਾਂ ਅੱਗ ਆਦਿ ਦਾ ਖਤਰਾ ਤਾਂ ਨਹੀਂ ਟਲਦਾ, ਪਰ ਹੋਣ ਵਾਲੇ ਆਰਥਿਕ ਨੁਕਸਾਨ ਦੀ ਕੁਝ ਭਰਪਾਈ ਬੀਮਾ ਕੰਪਨੀ ਵਾਲੇ ਕਰ ਦਿੰਦੇ। ਉਹ ਨੁਕਸਾਨ ਦੀ ਭਰਪਾਈ ਬੀਮਾ ਕੰਪਨੀ ਵੱਲੋਂ ਕੀਤੇ ਜਾਣ ਦੀ ਉਮੀਦ ਨਾਲ ਨੁਕਸਾਨ ਦੇ ਡਰ ਤੋਂ ਕੁਝ ਹੱਦ ਤੱਕ ਛੁਟਕਾਰਾ ਪਾ ਲੈਂਦਾ। ਇੱਕ ਭੈ ਐਸਾ ਹੈ ਜੋ ਲਗਭਗ ਸਭ ਨੂੰ ਸਤਾਉਂਦਾ ਹੈ। ਇਹ ਭੈ ਹੈ ਕਿ ਕਿਤੇ ਐਸਾ ਨਾ ਹੋਏ ਕਿ ਮੈਂ ਨਾ ਰਹਾਂ। ਇਹ ਮੌਤ ਦਾ ਭੈ ਹੈ। ਦੇਵ, ਦੈਂਤ, ਮਨੁੱਖ, ਪਸ਼ੂ, ਪੰਛੀ ਸਾਰੇ ਹੀ ਜੀਵ ਮੌਤ ਦੇ ਭੈ ਦਾ ਸ਼ਿਕਾਰ ਹਨ। ਇਹ ਨਿਸ਼ਚਿਤ ਹੈ ਕਿ ਸਭ ਦੀ ਮੌਤ ਹੋਣੀ ਹੈ, ਪਰ ਮਰਨਾ ਤਾਂ ਕੋਈ ਨਹੀਂ ਚਾਹੁੰਦਾ। ਕਈ ਲੋਕਾਂ ਨੇ ਅਜਿਹੇ ਯਤਨ ਕੀਤੇ ਕਿ ਉਹਨਾਂ ਦੀ ਮੌਤ ਨਾ ਹੋਵੇ, ਪਰ ਕੋਈ ਵੀ ਆਪਣੇ ਐਸੇ ਯਤਨ ਵਿੱਚ ਸਫਲ ਨਹੀਂ ਹੋ ਸਕਿਆ। ਮਨੁੱਖ ਨੇ ਇਹ ਤਾਂ ਜਾਣ ਲਿਆ ਕਿ ਉਹ ਮੌਤ ਤੋਂ ਨਹੀਂ ਬਚ ਸਕਦਾ, ਪਰ ਹੁਣ ਉਸਦੀ ਕੋਸ਼ਿਸ਼ ਇਹ ਹੈ ਕਿ ਇਹ ਮੌਤ ਵੱਧ ਤੋਂ ਵੱਧ ਦੇਰ ਨਾ ਲਾਏ। ਉਹ ਲੰਬੀ ਜ਼ਿੰਦਗੀ ਜਿਉਣ ਦੀ ਲਾਲਸਾ ਰੱਖਦਾ ਹੈ। ਉਹ ਅਜਿਹੇ ਯਤਨ ਕਰਨਾ ਚਾਹੁੰਦਾ ਹੈ ਕਿ ਮੌਤ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਰ ਦੂਰ ਰੱਖਿਆ ਜਾ ਸਕੇ। ਅਤਿ ਆਧੁਨਿਕ ਮੈਡੀਕਲ ਸਾਇੰਸ, ਬੁਲਟ ਪਰੂਫ ਜੈਕਟਸ, ਬੁਲਟ ਪਰੂਫ ਗੱਡੀਆਂ, ਅੰਗ ਰੱਖਿਅਕ, ਇਹ ਸਭ ਮੌਤ ਤੋਂ ਬਚਾਅ ਕਰਨ ਲਈ ਹਨ। ਮਨੁੱਖ ਦੀ ਵੱਧ ਤੋਂ ਵੱਧ ਕੋਸ਼ਿਸ਼ ਮੌਤ ਨੂੰ ਝਕਾਨੀ ਦੇਣ ਦੀ ਹੈ। ਮੌਤ ਬਾਰੇ ਕਾਫੀ ਵਿਚਾਰ ਕਰਨ ਤੋਂ ਬਾਅਦ ਮਨੁੱਖ ਜਦੋਂ ਇਹ ਸਮਝ ਜਾਂਦਾ ਹੈ ਕਿ ਮੌਤ ਤੋਂ ਬਚਿਆ ਨਹੀਂ ਜਾ ਸਕਦਾ ਤਾਂ ਉਹ ਮੌਤ ਤੋਂ ਵੀ ਅੱਗੇ ਦੀ ਸੋਚਣ ਲਈ ਮਜਬੂਰ ਹੋ ਜਾਂਦਾ। ਮੌਤ ਤੋਂ ਭੈਭੀਤ ਹੋਇਆ ਮਨੁੱਖ ਨੂੰ ਸੋਚਦਾ ਕਿ ਮੌਤ ਦੇ ਨਾਲ ਹੀ ਜੀਵਨ ਖਤਮ ਹੋ ਜਾਂਦਾ ਹੈ, ਜਾਂ ਕਿ ਮੌਤ ਤੋਂ ਬਾਅਦ ਵੀ ਕੋਈ ਹੋਰ ਜੀਵਨ ਹੈ। ਮੌਤ ਜਿੰਨਾ ਕੁ ਮਨੁੱਖ ਨੂੰ ਭੈਭੀਤ ਕਰਦੀ ਹੈ ਉਸ ਤੋਂ ਜ਼ਿਆਦਾ ਭੈਭੀਤ ਉਹ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਸੋਚ ਕੇ ਹੁੰਦਾ ਹੈ। ਉਸਦੇ ਸਾਹਮਣੇ ਭੈ ਦਾ ਇੱਕ ਵਿਸ਼ਾਲ ਅਤੇ ਭਿਆਨਕ ਸਮੁੰਦਰ ਪਸਰਿਆ ਪਿਆ ਹੈ।
ਹੁਣ ਉਹ ਇਹ ਜਾਣਨਾ ਚਾਹੁੰਦਾ ਕਿ ਐਸਾ ਕਿਹੜਾ ਉਪਾਅ ਹੈ, ਐਸਾ ਕਿਹੜਾ ਤਰੀਕਾ ਹੈ ਜਿਸ ਨਾਲ ਭੈ ਦਾ ਇਹ ਸਮੁੰਦਰ ਪਾਰ ਕੀਤਾ ਜਾ ਸਕੇ। ਉਹ ਐਸਾ ਤਰੀਕਾ ਖੋਜਣਾ ਚਾਹੁੰਦਾ ਹੈ ਜਿਸ ਨਾਲ ਉਸਦੇ ਮਨ ਦੀ ਸ਼ੰਕਾ, ਉਸਦੇ ਮਨ ਦਾ ਡਰ ਖਤਮ ਹੋ ਸਕੇ। ਅਬ ਮੈਂ ਕੌਣ ਉਪਾਉ ਕਰੂੰ, ਜਹ ਵਿਧ ਮਨ ਕੋ ਸੰਸਾ ਚੁੱਕੈ, ਭਉ ਨਿਧ ਪਾਰ ਪਰਮ। ਇਸ ਜੀਵਨ ਦੇ ਅੰਤ ਬਾਰੇ ਤਾਂ ਉਹ ਜਾਣ ਹੀ ਗਿਆ, ਇਸ ਜੀਵਨ ਦਾ ਅੰਤ ਹੈ ਮੌਤ। ਪਰ ਮੌਤ ਤੋਂ ਬਾਅਦ ਦੇ ਜੀਵਨ ਦਾ ਵੀ ਕੋਈ ਅੰਤ ਹੈ ਜਾਂ ਉਹ ਜੀਵਨ ਅੰਤਹੀਣ ਹੈ? ਦੁੱਖ ਕੀ ਹੈ, ਸੁੱਖ ਕੀ ਹੈ? ਕੀ ਮੌਤ ਤੋਂ ਬਾਅਦ ਦੇ ਜੀਵਨ ਵਿੱਚ ਵੀ ਦੁੱਖ ਅਤੇ ਸੁੱਖ ਹਨ? ਮੌਤ ਤੋਂ ਬਾਅਦ ਦੇ ਜੀਵਨ ਵਿੱਚ ਦੁੱਖ ਤੋਂ ਬਚਣ ਲਈ ਕੀ ਕੀਤਾ ਜਾਏ? ਮੌਤ ਤੋਂ ਬਾਅਦ ਦੇ ਜੀਵਨ ਵਿੱਚ ਸੁਖੀ ਹੋਣ ਵਾਸਤੇ ਕੀ ਯਤਨ ਕੀਤਾ ਜਾਣਾ ਚਾਹੀਦਾ? ਇਸ ਜੀਵਨ ਵਿੱਚ ਕੀਤੇ ਗਏ ਆਪਣੇ ਵਿਹਾਰ ਨੂੰ ਯਾਦ ਕਰਦਿਆਂ ਵਿਚਾਰਸ਼ੀਲ ਮਨੁੱਖ ਮਹਿਸੂਸ ਕਰਦਾ ਕਿ ਆਪਣੇ ਜੀਵਨ ਦੌਰਾਨ ਉਸਨੇ ਉਹ ਚੰਗੇ ਕੰਮ ਨਹੀਂ ਕੀਤੇ ਜੋ ਉਸਨੂੰ ਕਰਨੇ ਚਾਹੀਦੇ ਸਨ। ਕੀ ਇਸ ਦਿਸਦੇ ਪਾਸਾਰੇ ਦਾ ਕੋਈ ਕਰਤਾ ਹੈ? ਜੇ ਹੈ ਤਾਂ ਉਸਨੂੰ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਉਸ ਸਿਰਜਣਹਾਰ ਦੇ ਗੁਣਾਂ ਦਾ ਗਾਇਨ ਕਰਨ ਦਾ ਕਦੇ ਸੋਚਿਆ ਹੀ ਨਹੀਂ। ਜਨਮ ਪਾਏ ਕੱਛ ਭਲੋ ਨਾ ਕੀਨੋ, ਤਾਂ ਤੇ ਅਧਿਕ ਡਰੋ, ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਇਹ ਜੀ ਸੋਚ ਤਰੋ। ਉਸ ਦੇ ਇਹਨਾਂ ਸਵਾਲਾਂ ਦੇ ਅਨੇਕ ਜਵਾਬ ਹਨ। ਇਹਨਾਂ ਅਨੇਕ ਜਵਾਬਾਂ ਤੋਂ ਹੀ ਦਰਸ਼ਨ ਸ਼ਾਸਤਰਾਂ ਦਾ ਜਨਮ ਹੋਇਆ। ਹਜ਼ਾਰਾਂ ਸਾਲਾਂ ਤੋਂ ਸਧਾਰਨ ਮਨੁੱਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਉਲਝਿਆ ਪਿਆ ਹੈ। ਜਿਸਨੇ ਸਹੀ ਜਵਾਬ ਹਾਸਲ ਕਰਨ ਲਈ ਯਤਨ ਕੀਤੇ ਉਹ ਹੀ ਭਾਗਾਂ ਵਾਲਾ ਜੀਵ ਹੈ। ਉਹ ਅੰਧ ਵਿਸ਼ਵਾਸੀ ਹੋ ਕੇ ਨਹੀਂ ਚੱਲਦਾ, ਉਹ ਅਕਲ ਦਾ ਸਹਾਰਾ ਵੀ ਲੈਂਦਾ, ਉਹ ਹਿਰਦੇ ਵਿੱਚ ਪ੍ਰੇਮ ਦਾ ਚਾਨਣਾ ਵੀ ਕਰਦਾ। ਉਹ ਯਤਨ ਕਰਦਾ ਇਹ ਜਾਣਨ ਲਈ ਕਿ ਦੁੱਖ ਕੀ ਹੈ, ਸੁੱਖ ਕੀ ਹੈ। ਉਹ ਯਤਨ ਕਰਦਾ ਇਹ ਸਮਝਣ ਲਈ ਕਿ ਦੁੱਖ ਦਾ ਖਾਤਮਾ ਕਿਵੇਂ ਹੋ ਸਕਦਾ। ਜਦੋਂ ਉਹ ਇਹ ਜਾਣਨ ਲਈ ਯਤਨ ਕਰਦਾ ਕਿ ਦੁੱਖ ਕੀ ਹੈ ਅਤੇ ਇਹ ਕਿਵੇਂ ਖਤਮ ਹੋ ਸਕਦਾ, ਉਦੋਂ ਉਹ ਜਿਗਿਆਸੂ ਹੁੰਦਾ ਹੈ। ਜਦੋਂ ਇਹ ਜਾਣਨ ਤੋਂ ਬਾਅਦ ਦੁੱਖ ਖਤਮ ਕਰਨ ਲਈ ਯਤਨਸ਼ੀਲ ਹੁੰਦਾ ਹੈ, ਉਦੋਂ ਉਹ ਸਾਧਕ ਹੁੰਦਾ। ਜਦੋਂ ਉਹ ਸਾਧਨਾ ਪੂਰੀ ਕਰ ਲੈਂਦਾ ਉਦੋਂ ਉਹ ਸਿੱਧ ਹੋ ਜਾਂਦਾ, ਉਦੋਂ ਉਹ ਸਾਧੂ ਹੋ ਜਾਂਦਾ। ਜੀਵਨ ਵਿੱਚ ਅਨੇਕ ਪ੍ਰਕਾਰ ਦੇ ਡਰ ਮੌਜੂਦ ਹਨ। ਇਹਨਾਂ ਡਰਾਂ ਕਾਰਨ ਹੀ ਸਧਾਰਨ ਮਨੁੱਖ ਡੂੰਘੀ ਸੋਚ ਵਿਚਾਰ ਵਿੱਚ ਪੈਂਦਾ, ਉਹ ਇਹਨਾਂ ਵੱਖ ਵੱਖ ਡਰਾਂ ਨੂੰ ਦੂਰ ਕਰਨਾ ਚਾਹੁੰਦਾ। ਕੀ ਡਰ ਨੂੰ ਦੂਰ ਕਰਨ ਦਾ ਕੋਈ ਤਰੀਕਾ ਹੈ? ਵੀ ਡਰ ਨੂੰ ਦੂਰ ਕਰਨ ਦਾ ਤਰੀਕਾ ਕਿਵੇਂ ਜਾਣਿਆ ਜਾਏ, ਕਿਵੇਂ ਲੱਭਿਆ ਜਾਏ? ਭੈ ਨੂੰ ਦੂਰ ਕਰਨ ਦਾ ਗਿਆਨ ਕਿਵੇਂ ਪ੍ਰਾਪਤ ਹੋਏਗਾ? ਇਹ ਕਿਵੇਂ ਪਤਾ ਚੱਲੇ ਕਿ ਜੋ ਪ੍ਰਾਪਤ ਕੀਤਾ ਗਿਆ ਉਹ ਸੱਚਮੁੱਚ ਹੀ ਗਿਆਨ ਹੈ, ਉਹ ਭਰਮ ਨਹੀਂ ਹੈ? ਆਖਿਰ ਇਹ ਗਿਆਨ ਪ੍ਰਾਪਤ ਕਰਨ ਦੇ ਸਾਧਨ ਕੀ ਹਨ, ਤਰੀਕੇ ਕੀ ਹਨ? ਵੱਖ ਵੱਖ ਤਰ੍ਹਾਂ ਦੇ ਭੈ ਮਨੁੱਖ ਨੂੰ ਇੱਕ ਅਜਿਹੀ ਸਥਿਤੀ ਵਿੱਚ ਲਿਆ ਕੇ ਖੜਾ ਕਰ ਦਿੰਦੇ ਹਨ ਜਿੱਥੇ ਉਹ ਪ੍ਰਭੂ ਦੀ ਭਗਤੀ ਕਰਨ ਦੀ ਲੋੜ ਮਹਿਸੂਸ ਕਰਦਾ। ਸਪਸ਼ਟ ਹੈ ਕਿ ਪ੍ਰਭੂ ਦੀ ਭਗਤੀ ਭੈ ਕਾਰਨ ਹੀ ਪੈਦਾ ਹੁੰਦੀ ਹੈ। ਭੈ ਬਿਨ ਭਗਤ ਨਾ ਹੋਈ ਕਬਹੀ, ਭੈ ਪਾਏ ਭਗਤ ਸਵਾਰੀ। ਭੈ ਤੇ ਉਪਜਾ ਭਗਤ ਪ੍ਰਭ, ਅੰਤਰ ਹੋਏ ਸ਼ਾਂਤ। ਜਿਨ੍ਹਾਂ ਦੇ ਦਿਲ ਵਿੱਚ ਭੈ ਪੈਦਾ ਨਹੀਂ ਹੋਇਆ ਉਹ ਮਨ ਆਈਆਂ ਕਰਨ ਵਿੱਚ ਹੀ ਆਪਣੀ ਜ਼ਿੰਦਗੀ ਬਿਤਾ ਦਿੰਦੇ। ਉਹ ਇਹ ਜਾਣਨ ਲਈ ਯਤਨ ਹੀ ਨਹੀਂ ਕਰਦੇ ਕਿ ਉਹ ਇਸ ਦੁਨੀਆਂ ਵਿੱਚ ਕਿਸ ਮਕਸਦ ਲਈ ਆਏ ਅਤੇ ਇਹ ਮਕਸਦ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ। ਉਹ ਦੁਨਿਆਵੀ ਵਿਸ਼ਿਆਂ ਵਿੱਚ ਹੀ ਸੁੱਖ ਭਾਲਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਕਿਸੇ ਤਰ੍ਹਾਂ ਵੀ ਖਤਮ ਨਹੀਂ ਹੁੰਦੀ। ਮਨਮੁੱਖ ਭੈ ਕੀ ਸਾਰ ਨਾ ਜਾਣਨੀ, ਤ੍ਰਿਸ਼ਨਾ ਜਲਤੇ ਕਰਹਿ ਪੁਕਾਰ, ਨਾਨਕ ਨਾਮੈ ਹੀ ਤੇ ਸੁੱਖ ਪਾਇਆ, ਗੁਰਮਤੀ ਉਰਤਾਰ। ਸਪਸ਼ਟ ਹੈ ਕਿ ਮਨੁੱਖ ਜਦੋਂ ਵੀ ਕਿਸੇ ਕਰਮ ਵਿੱਚ ਲੱਗਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਉਸਦਾ ਕਾਰਨ ਕੋਈ ਨਾ ਕੋਈ ਡਰ ਹੁੰਦਾ। ਡਰ ਦਾ ਮੂਲ ਕਾਰਨ ਅਵਿੱਦਿਆ ਹੈ, ਅਵਿੱਦਿਆ ਕਾਰਨ ਹੀ ਡਰ ਪੈਦਾ ਹੁੰਦਾ। ਇਹ ਅਵਿੱਦਿਆ ਅਤੇ ਅਵਿੱਦਿਆ ਤੋਂ ਪੈਦਾ ਹੋਣ ਵਾਲੇ ਅਸਮਿਤਾ, ਰਾਗ, ਦਵੇਸ਼ ਅਤੇ ਡਰ ਹੀ ਮਨੁੱਖ ਨੂੰ ਪ੍ਰਵਿਰਤੀ ਮਾਰਗ ਵਿੱਚ ਲਗਾਉਂਦੇ ਹਨ। ਇਸ ਤੋਂ ਅਗਲਾ ਵਿਸ਼ਾ ਅਸੀਂ ਲਵਾਂਗੇ ਪ੍ਰਵਿਰਤੀ ਦਾ।